ਮੇਰੀ ਗੱਲ ਸੁਣੋ ਭਾਜੀ, ਮੁੰਡਾ ਨਹੀਂ, ਮੇਰੀ ਗੱਲ ਸੁਣੋ, ਸਿਰ ਚ ਦੇਖੋ ਤੁਹਾਡੀ ਕੋਈ ਦੁਸ਼ਮਣੀ ਤਾਂ ਹੈ ਨੀ ਸਾਡੇ ਨਾਲ ਤੁਹਾਡੀ, ਦੇਖੋ ਇੱਕ ਮਿੰਟ ਯਾਰ, ਇੱਕ ਮਿੰਟ ਯਾਰ ਗੱਲ ਸੁਣੋ, ਇਹਨਾਂ ਵਿਚਾਰੇ ਦੇਖੋ ਇਹ ਹੁਕਮ ਦੇ ਨਾਲ ਇਹਨਾਂ ਨੇ ਚੱਲਣਾ, ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ, ਸਾਡੇ ਚਾਚੇ ਤਾਈ ਭਾਈ ਭਤੀਜੇ ਸਾਰੇ ਲੋਕ ਹੈਗੇ ਨੇ, ਭਾਈ ਜੀ ਬਾਈਟ ਨਹੀਂ ਦੇ ਰਹੇ ਕੋਈ ਵੀ, ਅਸੀਂ ਆਪਣਾ ਕੰਮ ਭਾਈ ਸਾਹਿਬ ਕਰ ਰਹੇ, ਆ ਚੜਦੇ ਹਾਂ ਭਾਜੀ, ਤੋ ਬਿਲਕੁਲ ਆਉਣਾ, ਆ ਮੁੰਡੇ ਨੂੰ ਦਵਾਈ ਲਈ ਭੇਜਦੀ ਹੈ ਡੀਐਸਪੀ ਸਾਹਿਬ, ਦੇਖੋ ਦੋ ਚੀਜ਼ਾਂ ਨੇ ਜੀ, ਆਹ ਜਿਹੜੇ ਹਾਲਾਤ ਹੈ, ਜਿਹੜੇ ਆਹ ਬੰਦਿਆਂ ਦੇ ਹਾਲਾਤ ਹੈ, ਉਹ ਯਾਰ ਬਾਈਟ ਯਾਰ ਆਪਾਂ ਮੀਡੀਆ ਨੂੰ ਬਾਈਟ ਨਾ ਦੇਈਏ, ਮੈਂ ਕਿਹਾ ਮੇਰਾ ਖੇਮਾ ਨਹੀਂ ਹੈਗਾ ਵੀਰੇ, ਮੇਰਾ ਘਰ ਹੀ ਨਾਲ ਪਿੱਛੇ ਆ, ਮੈਂ ਕੋਈ ਬਾਹਰੋਂ ਨਹੀਂ ਆਇਆ, ਕੋਈ ਨਹੀਂ ਕਰ ਰੋਕਾ, ਮੋਦੀ ਸਾਹਿਬ ਦੇ ਜਿਹੜਾ ਜਾਲਮਾਨਾ ਫੈਸਲਾ ਯਾਰ ਹੱਦ ਵਾਲੀ ਗੱਲ ਹੋ ਗਈ, ਅਸੀਂ ਕੋਈ ਪ੍ਰੋਟੈਸਟ ਵੀ ਨਹੀਂ ਕਰਾ ਸਕਦੇ, ਹਾਲਾਤ ਬਹੁਤ ਮਾੜੇ, ਇਸ ਤਰ੍ਹਾਂ ਦੇ ਹਾਲਾਤ, ਮੈਂ ਮੇਰੇ ਖਿਆਲ ਮੇਰੀ 60 ਸਾਲ ਦੀ ਉਮਰ ਹੋ ਗਈ, ਪਹਿਲੀ ਵਾਰ ਦੇਖਿਆ ਕਿ ਇਹੋ ਜਿਹੇ ਹਾਲਾਤ ਪੈਦਾ ਕੀਤੇ ਹੋਣ ਇਹਨਾਂ ਲੋਕਾਂ ਨੇ, ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਵੀ ਸੰਵਿਧਾਨਿਕ ਸੀਟ ਤੇ ਬੈਠੇ ਹੋਏ ਹੋ, ਲੋਕਾਂ ਵੱਲੋਂ ਚੁਣੇ ਗਏ ਹੋ, ਸੰਵਿਧਾਨਿਕ ਸੀਟ ਤੇ ਬੈਠੇ ਹੋਏ ਬੰਦਿਆਂ ਦਾ ਹਾਲ ਦੇਖ ਲਓ, ਇੱਕ MLA ਆਪਣੇ ਵਰਕਰ ਦੇ ਨਾਲ ਕੋਈ ਆ ਕੇ ਖੜ ਗਿਆ, ਉਹਦਾ ਹਾਲ ਚਾਲ ਪੁੱਛਣ ਆਇਆ ਤਾਂ ਉਹਨੂੰ ਵੀ ਥ੍ਰੈਟ ਕੀਤਾ ਜਾਂਦਾ, ਆਹ ਵੀ ਹਾਲਾਤ ਹੋਏ, ਜਿਹੜਾ 3 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੋਵੇ ਉਸ MLA ਨੂੰ ਥ੍ਰੈਟ ਕਰਕੇ, ਉਸ MLA ਨੂੰ ਥ੍ਰੈਟ ਕਰਕੇ ਕਿਹਾ ਜਾਂਦਾ ਵੀ ਗੱਡੀ 'ਚੋਂ ਨਿਕਲ ਕੇ ਬਾਹਰ ਚੱਲ, ਕਿੱਡੀ ਯਾਰ ਕਿੱਧਰ ਦਾ ਕਾਨੂੰਨ ਹੈ, ਹੈਂ, ਜੇ ਇੱਕ ਬੰਦਾ ਆਪਣੇ ਘਰੇ ਜਾ ਰਿਹਾ ਆਪਣੀ ਗੱਡੀ 'ਚ, ਉਹਨੂੰ ਫੜ ਕੇ ਲਿਆਉਂਦੇ ਨੇ, ਕਹਿੰਦੇ ਚਲੋ ਉੱਥੇ ਜਾ ਕੇ ਤਾਂ ਨੇੜੇ ਜਗ੍ਹਾ ਚੱਲੋ, ਅੱਜ ਆ ਮੁੰਡੇ ਮੱਝਾਂ ਦੀ ਤਰ੍ਹਾਂ ਕੁੱਟੇ ਹੋਏ ਨੇ ਯਾਰ, ਹਾਲਾਤ ਥੋੜ੍ਹਾ ਕੋਈ, ਬੜੀ ਮਾੜੀ ਗੱਲ ਹੈ, ਬਹੁਤ ਮਾੜੀ, ਨਿੰਦਣ ਜੋ ਹਿਸਾਬ ਕਹਿੰਦੇ ਹੋਏਗਾ ਤਮਾਮ ਵਰਕਰਾਂ ਦੇ, ਕਹਿੰਦੇ ਅੱਖਾਂ 'ਚ ਦੇਖੋ ਮੇਰੀ ਗੱਲ, ਹੰਝੂ ਗੈਸ ਛੱਡੋ ਜੀ, ਪ੍ਰੋਟੈਸਟ ਹਰੇਕ ਬੰਦੇ ਨੂੰ ਹੱਕ ਹੈ, ਪੀਸਫੁਲੀ ਪ੍ਰੋਟੈਸਟ ਕਰ ਸਕਦਾ, ਲੇਕਿਨ ਜਿਹੜੇ ਹਾਲਾਤ ਸਾਡੇ ਪੰਜਾਬ ਦੇ ਚੰਡੀਗੜ੍ਹ ਸਾਡੀ ਯੂਨੀਅਨ ਟੈਰੀਟਰੀ 'ਚ ਅੱਜ ਮੇਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕੀਤੇ ਗਏ ਆ, ਔਰ ਘੇਰ ਘੇਰ ਕੇ ਡਾਂਗਾਂ ਦੇ ਨਾਲ ਕੁੱਟਿਆ ਗਿਆ, ਇਹ ਵੈਰੀ ਬੈਡ ਔਰ ਇਹ ਨਿੰਦਣ ਯੋਗ ਹੈ, ਮੈਂ ਅੱਜ ਦੇ ਇਸ ਮੌਕੇ ਤੇ ਮੈਂ ਪੰਜਾਬ ਵਾਸੀਆਂ ਨੂੰ ਸੁਨੇਹਾ ਦੇਣਾ ਚਾਹੁੰਦਾ, ਭਾਰਤ ਵਾਸੀਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਅੱਜ ਜਿਹੜੀ ਕੰਬਲਕੋਟ ਆ ਜਿਹੜੇ ਮੇਰੇ ਵਰਕਰ ਡਾਂਗਾਂ ਨਾਲ ਕੁੱਟੇ ਗਏ ਆ, ਆ ਮੱਝਾਂ ਦੇ ਤਰ੍ਹਾਂ ਕੁੱਟ ਕੁੱਟ ਕੇ ਬੰਦੇ ਭੇਜੇ ਆ, ਇਹ ਯਾਦ ਰੱਖਿਓ, ਮੋਦੀ ਸਾਹਿਬ ਦੀ ਅਰਥੀ 'ਚ ਕਿੱਲ ਬਣ ਕੇ ਅਗਲੀ ਵਾਰ ਠੁਕਣਗੇ ਔਰ ਮੁੜ ਕੇ ਮੋਦੀ ਸਾਹਿਬ ਨੂੰ ਕੋਈ ਯਾਦ ਨਹੀਂ ਕਰੇ, ਅਸੀਂ ਦੇਖੋ ਹਸਾ BDO ਦਾ, CDO ਦਾ, PDO ਦਾ, ਜੋ ਮਰਜ਼ੀ ਹਿਸਾਬ ਕਰ ਲੈ, ਲੇਕਿਨ ਆਪਣੇ ਵਰਕਰ ਨਾਲ ਧੱਕਾ ਨਹੀਂ ਸੀ ਹੋਣ ਦੇਵਾਂਗੇ, ਕਿਸੇ ਕੀਮਤ 'ਤੇ ਧੱਕਾ ਨਹੀਂ ਹੋਣ ਦੇਵਾਂਗੇ। ਇਹ ਸੀ ਆਮ ਆਦਮੀ ਪਾਰਟੀ ਦੇ MLA, ਇਹਨਾਂ ਨੂੰ ਪੁਲਿਸ ਦੇ ਵੱਲੋਂ ਖਦੇੜਿਆ ਗਿਆ, ਉੱਧਰ ਖੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹਨਾਂ ਦੇ ਵੱਲੋਂ, ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਚੰਡੀਗੜ੍ਹ 37 ਸੈਕਟਰ BJP ਦਫ਼ਤਰ ਦਾ ਪ੍ਰਦਰਸ਼ਨ ਸੀ, ਸੰਜੇ ਸਿੰਘ ਦੀ ਗ੍ਰਿਫਤਾਰੀ